ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਗਜ਼ਾਮ ਤੁਹਾਡਾ ਹੋ ਚੁੱਕਿਆ ਕੋਆਪਰੇਟ ਇੰਸਪੈਕਟਰ ਦਾ, ਤਾਂ ਹੁਣ ਤੁਸੀਂ ਦੱਸਣਾ ਕਿ ਤੁਹਾਡਾ ਪੇਪਰ ਕਿਵੇਂ ਹੋਇਆ, ਹਾਊ ਵਾਜ਼ ਯੂਰ ਇਗਜ਼ਾਮ, ਐਂਡ ਲੈਵਲ ਆਫ ਇਗਜ਼ਾਮ ਕੀ ਸੀਗਾ, ਤੁਹਾਨੂੰ ਕਿਵੇਂ ਲੱਗਿਆ ਪੇਪਰ, ਕਿਹੋ ਜਿਹਾ ਲੈਵਲ ਸੀ, ਰੀਜਨਿੰਗ ਦਾ ਕੀ ਲੈਵਲ ਸੀਗਾ, ਕਰੰਟ ਅਫੇਅਰ ਕਿੰਨੇ ਆਏ ਸੀ, ਸਟੈਟਿਕ ਕਿੰਨਾ ਆਇਆ ਸੀਗਾ, ਕਿੰਨਾ ਤੁਹਾਨੂੰ ਲੱਗਿਆ ਕਿ ਤੁਹਾਨੂੰ ਆਉਂਦਾ ਸੀਗਾ, ਠੀਕ ਹੈ। ਸਾਰਾ ਤੁਸੀਂ ਕਮੈਂਟ ਕਰਕੇ ਦੱਸਣਾ ਗਾ, ਤਾਂ ਹੋਪਸ ਹੋ ਤਾਂ ਸਾਰਿਆਂ ਦਾ ਵਧੀਆ ਹੋਇਆ ਹੋਊਗਾ, ਠੀਕ ਹੈ। ਤਾਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿੰਨੇ ਅਟੈਂਪਟ ਤਾਂ ਚਲੋ ਸਾਰੇ ਕਰਕੇ ਆਉਂਗੇ ਕਿਉਂਕਿ ਨੈਗੇਟਿਵ ਮਾਰਕਿੰਗ ਹੈ ਨਹੀਂ ਸੀ, ਬਟ ਤੁਸੀਂ ਐਕੂਰੇਸੀ ਦੱਸਿਓ ਆਪਣੇ ਵੀ, ਤੁਸੀਂ ਕਿੰਨੀ ਐਕੂਰੇਸੀ ਰੀਜਨਿੰਗ ਦੇ ਵਿੱਚ, ਕਿੰਨੀ ਐਕੂਰੇਸੀ ਤੁਹਾਡੇ ਜੀ ਐਸ ਦੇ ਵਿੱਚ, ਫਿਰ ਆਪਾਂ ਪੂਰਾ ਐਨਾਲਿਸਿਸ ਕਰਾਂਗੇ ਕੱਟ ਆਫ ਕਿੱਥੋਂ ਤੱਕ ਜਾ ਸਕਦੀ ਹੈ ਮੈਕਸੀਮਮ। ਅਤੇ ਕੁਸ਼ਚਨ ਪੇਪਰ ਸ਼ੇਅਰ ਕਰ ਦਿਓ, ਠੀਕ ਹੈ, ਫੇਸਬੁੱਕ ਦੇ ਪੇਜ 'ਤੇ, ਤਾਂ ਕਿ ਤੁਹਾਨੂੰ ਫਿਰ ਉਹਨਾਂ ਦੇ ਆਂਸਰ ਵਗੈਰਾ ਵੀ ਮੈਂ ਕੁਛ ਨਾ ਕੁਛ ਐਨਾਲਿਸਿਸ ਵਗੈਰਾ ਕਰਕੇ ਦੱਸਾਂ। ਫੇਸਬੁੱਕ 'ਤੇ ਕਰ ਦਿਓ ਮੈਸੇਜ, ਚਾਹੇ ਕਮੈਂਟ ਕਰਕੇ ਦੱਸ ਦਿਓ, ਠੀਕ ਹੈ, ਫਿਰ ਆਪਾਂ ਦੱਸਦੇ ਹਾਂ ਕਿ ਕੀ ਗੱਲਬਾਤ ਹੈ ਪੇਪਰ ਦੇ ਵਿੱਚ, ਠੀਕ ਹੈ। ਤਾਂ ਥੈਂਕਸ, ਲਾਈਕ ਕਰੋ, ਸ਼ੇਅਰ ਕਰੋ ਵੀਡੀਓ ਨੂੰ, ਅਤੇ ਬਾਕੀ ਕਮੈਂਟ ਕਰੋ ਜਲਦੀ ਤੋਂ ਜਲਦੀ। ਥੈਂਕਸ।